ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਾਡੇ ਨਾਲ ਨੇ ਗੁਰਦੇਵ ਜੀ, ਜਿਨ੍ਹਾਂ ਦੀ ਫੈਮਿਲੀ ਦਾ ਰੀਸੈਂਟਲੀ ਵੀਜ਼ਾ ਆਇਆ, ਵਿਜ਼ਿਟਰ ਵੀਜ਼ਾ। ਬਹੁਤ ਜ਼ਿਆਦਾ ਮੈਂ ਨਹੀਂ ਦੱਸਾਂਗਾ ਕਿਉਂਕਿ ਆਪਾਂ ਗੁਰਦੇਵ ਜੀ ਤੋਂ ਸੁਣਨਾ ਚਾਹਾਂਗੇ ਕਿ ਕੀ ਇਹਨਾਂ ਦੀ ਪ੍ਰੋਫਾਈਲ ਸੀਗੀ, ਕਿਹੜੇ ਵੀਜ਼ਾ 'ਤੇ ਇੱਥੇ ਨੇ ਅਤੇ ਇਹਨਾਂ ਦੀ ਫੈਮਿਲੀ ਦਾ ਕਿਹੜਾ ਵੀਜ਼ਾ। ਹਾਂਜੀ ਗੁਰਦੇਵ ਜੀ। ਹਾਂ ਭਾਈ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬਹੁਤ EVM ਗਲੋਬਲ ਟੀਵੀ ਦਾ ਥੈਂਕ ਯੂ, ਜੋ ਕਿ ਸਾਡਾ ਮੰਨ ਲਓ ਵੀਜ਼ਾ ਆਇਆ। ਔਰ ਫਸਟ ਆਫ ਐਕਚੁਲੀ ਆਪਾਂ ਸਟੂਡੈਂਟ ਵੀਜ਼ੇ 'ਤੇ ਸੀ, ਮੇਰੇ ਪਹਿਲੇ ਬੱਚਿਆਂ ਦਾ ਆਇਆ। ਗੁੜੀਆ ਮੇਰੀ 11 ਸਾਲ ਦੀ ਸੀ ਔਰ ਬੇਟਾ ਮੇਰਾ 8 ਸਾਲ ਦਾ, ਔਰ ਮੇਰੀ ਮਦਰ ਦਾ ਵੀ ਆਇਆ ਵੀਜ਼ਾ। ਔਰ ਹੁਣ ਅੱਜ ਐਗੇ ਫੈਮਿਲੀ ਆਏ ਅਤੇ ਅੱਜ ਗੁੱਡ ਨਿਊਜ਼ ਇਸ ਕਰਕੇ ਸੀ, ਮੇਰੀ ਸਿਸਟਰ ਔਰ ਉਹਦੇ ਭਾਂਜੇ ਜਿਹੜੇ ਚੈਲੇਂਜਿੰਗ ਸੀ ਵੀਜ਼ਾ, ਮੈਨੂੰ ਥੋੜ੍ਹਾ ਜਿਹਾ ਸੀ ਵੀ ਉਹਦੇ 'ਚ ਆਏਗਾ ਜਾਂ ਨਹੀਂ ਆਏਗਾ। ਮੇਰਾ ਭਾਂਜਾ ਸੀ, ਉਹ 17 ਸਾਲ ਦਾ ਸੀ ਕਿਉਂਕਿ +1 ਸੀ ਉੱਥੇ, ਹੈ ਨਾ ਖੁਸ਼ੀ। ਅਤੇ ਉਹ ਭਾਜੀ ਨੇ ਇੰਨਾ ਵਧੀਆ ਮੰਨ ਲਓ ਉਹ ਕੀਤਾ, ਅਤੇ ਇੰਨਾ ਵਧੀਆ। ਔਰ ਸਭ ਤੋਂ ਵਧੀਆ ਕੀ ਸੀ, ਕੋਈ ਵੀ ਚੀਜ਼ ਭਾਜੀ ਕਰਦੇ ਨੇ ਈਮੇਲ 'ਤੇ ਸਾਨੂੰ ਕਨਫਰਮ ਕਰਦੇ ਨੇ ਵੀ ਮੈਂ ਆਹ ਚੀਜ਼ ਕੀਤੀ ਹੈ, ਵੀ ਤੁਸੀਂ ਮੰਨ ਲਓ ਸਟੱਡੀ ਕਰੋ ਔਰ ਵੈਰੀਫਾਈ ਆਪਾਂ ਹੀ ਕਰਦੇ ਹਾਂ, ਹੈ ਨਾ। ਉਹ ਚੀਜ਼ ਸਭ ਤੋਂ ਵਧੀਆ, ਵੀ ਕੋਈ ਮੰਨ ਲਓ ਹਿਡਨ ਕੁਛ ਨਹੀਂ ਸੀ ਹੈਗਾ। ਔਰ ਸਭ ਤੋਂ ਵੱਡੀ ਗੱਲ ਇਹ ਵੀ, ਫਸਟ ਟਾਈਮ ਮੈਂ ਇਹਨਾਂ ਨੂੰ ਲਾਸਟ ਟਾਈਮ ਇਹਨਾਂ ਦੇ ਪਹਿਲਾਂ ਔਫਿਸ ਸੀ ਉੱਥੇ ਮਿਲਿਆ ਸੀ, ਕਿਉਂਕਿ ਪਹਿਲੀ ਵਾਰ ਕਦੀ ਵੀ ਕੋਈ ਆਉਂਦਾ ਅਤੇ ਉਹ ਇਹੀ ਹੁੰਦਾ ਵੀ, ਹੈ ਨਾ, ਸੈਡ ਹੁੰਦਾ ਵੀ ਉਹਨੂੰ ਮਜ਼ਾਕ ਅੱਛਾ ਲੱਗਦਾ ਹੈਗਾ, ਹੈ ਨਾ, ਇੱਕ ਸਮਾਈਲ ਲੈ ਕੇ ਆਉਂਦਾ। ਬਟ ਹੈ ਨਾ, ਅਤੇ ਆਹ ਚੀਜ਼ ਸੀ ਫਸਟ ਟਾਈਮ ਆਇਆ ਸੀ, ਅਤੇ ਆਇਆ ਤਾਂ ਭਾਜੀ ਨੇ ਬੜਾ ਮਤਲਬ ਦੇਖ ਲੈਂਦੇ ਨੇ, ਹੈ ਨਾ, ਫੇਸ ਰੀਡਿੰਗ ਤਾਂ ਹੁੰਦੀ ਹੁਣ, ਇੰਨਾ ਟਾਈਮ ਆਉਂਦੇ ਰੋਜ਼ ਕੇਸ, 100-200 ਕੇਸ ਜਾਂ ਜਿੰਨੇ ਵੀ ਰੋਜ਼ ਹੁੰਦੇ ਹੀ ਹੁੰਦੇ ਨੇ, ਹੈ ਨਾ। ਅਤੇ ਭਾਈ ਨੇ